ਮਾਂ ਮਹਿਲਾ ਤੀਜਾ ਤੇਰੇ ਭਗਤ ਸੋਹੈ ਸਾਚੇ ਦਰਬਾਰੇ ਗੁਰ ਕੈ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣੇ ਹੋਂ ਵਾਰੀ ਜਿਉ ਵਾਰੀ ਨਾਮ ਸੁਣ ਮਨ ਵਸਾਵਣੇ ਆ ਹਰ ਜਿਉ ਸੱਚਾ ਉੱਚੋ ਉੱਚਾ ਹੋਂ ਮੈਂ ਮਾਰ ਮਿਲਾਵਣੇ ਆ ਰਹਾਓ ਹਰ ਜਿਉ ਸਾਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੈ ਮਿਲਾਈ ਗੁਰ ਸ਼ਬਦ ਮਿਲੈ ਸੇ ਵਿਛੁੜੈ ਨਾਹੀ ਸਹਿਜੇ ਸੱਚ ਸਮਾਵਣਿਆ ਤੁਝ ਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖੈ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤ ਆਪ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਪਾਏ ਸਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾਵਣਿਆ ਸ਼ਬਦ ਵਿਸਾਰਨ ਤਿੰਨਾ ਠੌਰ ਨਾ ਠਾਉ ਭ੍ਰਮ ਭੁੱਲੇ ਜਿਉਂ ਸੁਣੈ ਘਰ ਕਾਉ ਹਲਤ ਪਲਤ ਤਿੰਨੀ ਦੋਵੇਂ ਗਵਾਏ ਦੁੱਖੇ ਦੁੱਖ ਵਿਹਾਵਣਿਆ ਲਿਖਦਿਆਂ ਲਿਖਦਿਆਂ ਕਾਗਜ਼ ਮਸ ਖੋਈ ਦੂਜੇ ਪਾਏ ਸੁਖ ਪਾਏ ਨਾ ਕੋਈ ਕੂੜ ਲਿਖੈ ਤੈ ਕੂੜ ਕਮਾਵੈ ਜਲ ਜਾਵੈ ਕੂੜ ਚਿਤਲਾ ਮਣਿਆ ਗੁਰਮੁਖ ਸੱਚੋ ਸੱਚ ਲਿਖੈ ਵਿਚਾਰ ਸੇ ਜਨ ਸੱਚੇ ਪਾਵੈ ਮੋਖ ਦੁਆਰ ਸੱਚ ਕਾਗਦ ਕਲਮ ਸਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰਪ੍ਰਸਾਦੀ ਮਿਲੈ ਸੋਈ ਜਨ ਲਿਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਰਸਨਾ ਤੋਂ ਉਹਨਾਂ ਗੁਰਮੁਖਾਂ ਦੀ ਨਿਤ ਕਰਨੀ ਦਾ ਵਰਣਨ ਕਿਤਨੇ ਸਰਲ ਸੌਖੇ ਸ਼ਬਦਾਂ ਵਿੱਚ ਕਰਨ ਅਤੇ ਬੜੀ ਭਾਵਨਾ ਸਹਿਤ ਇਹ ਬਚਨ ਕਰਦੇ ਨੇ ਹੋਂ ਵਾਰੀ ਜਿਉ ਵਾਰੀ ਨਾਮ ਸੁਣ ਮਨ ਵਸਾਵਣੇ ਆ ਇੱਕ ਇੱਕ ਸ਼ਬਦ ਨੂੰ ਸਮਝਣ ਦੀ ਲੋੜ ਹੈ ਗੁਰੂ ਪਾਤਸ਼ਾਹ ਕਹਿੰਦੇ ਮੈਂ ਵਾਰਨੇ ਜਾਂਦਾ ਮੈਂ ਆਪਣੀ ਜਿੰਦ ਵਾਰਦਾ ਉਹਨਾਂ ਤੋਂ ਜਿਹੜੇ ਨਾਮ ਸੁਣ ਮਨ ਵਸਾਵਣੇ ਸੁਣਦੇ ਨਾਲੇ ਇਹਨੂੰ ਸਿਆਰੀ ਹੈ ਜਿਹਦਾ ਮਤਲਬ ਹੈ ਸੁਣ ਕੇ ਸੁਣਨਾ ਬਹੁਤ ਚੰਗਾ ਹੈ ਅਸੀਂ ਸਾਰੇ ਬਹੁਤ ਸੁਣਦੇ ਹਾਂ ਬੜੇ ਬੜੇ ਕੀਰਤਨ ਦਰਬਾਰ ਸਤਸੰਗ ਸੁਣਦੇ ਪਰ ਮਨ ਵਿੱਚ ਨਹੀਂ ਵਸਾਉਂਦੇ ਇਸ ਕਰਕੇ ਸਾਡਾ ਉਹ ਸੁਣਿਆ ਉਤਨਾ ਫਲੀਭੂਤ ਨਹੀਂ ਹੁੰਦਾ ਸੁਣਿਆ ਤਾਂ ਹੈ ਕੰਮ ਤਾਂ ਚੰਗਾ ਕੀਤਾ ਪਰ ਗੁਰਦੇਵ ਫਰਮਾਉਂਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਜਿਹੜੇ ਸੁਣਦੇ ਵੀ ਨੇ ਅਤੇ ਮਨ ਵਿੱਚ ਵਸਾਉਂਦੇ ਵੀ ਨੇ ਹੋਂ ਵਾਰੀ ਜਿਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜਿਉ ਸਾਚਾ ਉੱਚੋ ਉੱਚਾ ਹੋਂ ਮੈਂ ਮਾਰ ਮਿਲਾਵਣਿਆ ਉਹ ਵਾਹਿਗੁਰੂ ਜੋ ਸੱਚਾ ਹੈ ਔਰ ਉੱਚੋ ਉੱਚਾ ਜਿਤਨਾ ਉੱਚਾ ਕਹੋ ਉਸ ਤੋਂ ਵੀ ਉੱਚਾ ਉੱਚੇ ਅਤੇ ਉੱਚਾ ਭਗਵੰਤ ਪਰ ਹੋਂ ਮੈਂ ਮਾਰ ਮਿਲਾਵਣੀ ਆਪਣੇ ਅੰਦਰੋਂ
ਹਉਮੈ ਨੂੰ ਮਾਰ ਕੇ, ਹਉਮੈ ਨੂੰ ਕੱਢ ਕੇ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਨਾ, ਭਾਈ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨ ਕੋਏ। ਇਹ ਹਉਮੈ ਦਾ ਪੁਆੜਾ ਹੈ, ਇਹ ਹਉਮੈ ਸਾਨੂੰ ਪਰਮਾਤਮਾ ਨਾਲ ਮਿਲ ਨਹੀਂ ਦਿੰਦੀ। ਦੇਖੋ ਦੋ ਪੰਕਤੀਆਂ ਵਿੱਚ ਸਾਰੀ ਗੱਲ ਸਮਝਾ ਦਿੱਤੀ। ਅਸੀਂ ਨਾਮ ਸੁਣਦੇ ਵੀ ਬਹੁਤ ਹਾਂ, ਪਰ ਸੁਣ ਕੇ ਉੱਥੇ ਹੀ ਛੱਡ ਦਿੰਦੇ, ਮਨ ਵਿੱਚ ਤਾਂ ਵਸਾਉਂਦੇ ਨਹੀਂ। ਅਤੇ ਜਿਨ੍ਹਾਂ ਦੇ ਮਨ ਵਿੱਚ ਵੱਸਿਆ ਉਹ ਫਿਰ ਕਦੇ ਭੁੱਲਿਆ ਨਹੀਂ ਕਰਦੇ। ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਗੱਲਾਂ ਅਸੀਂ ਸੁਣਦੇ ਹਾਂ, ਇੱਕ ਕੰਨੋਂ ਸੁਣਦੇ ਹਾਂ, ਦੂਜੇ ਕੰਨੋਂ ਕੱਢਦੇ ਹਾਂ। ਦਾਸ ਨੇ ਕਈ ਵਾਰੀ ਕਥਾ ਕਰਦਿਆਂ ਆਪਣੇ ਨਾਲ ਹੱਡ ਬੀਤੀ ਸੁਣਾਈ ਕਿ ਮੈਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਕਥਾ ਕਰ ਰਿਹਾ ਸੀ। ਕਥਾ ਤੋਂ ਬਾਅਦ ਇੱਕ ਨੌਜਵਾਨ ਨੇ ਪੁੱਛਿਆ, ਕਹਿੰਦਾ ਬਾਬਾ ਜੀ ਮੈਂ ਬਾਣੀ ਯਾਦ ਕਰਨੀ ਚਾਹੁੰਦਾ, ਮੈਨੂੰ ਹੁੰਦੀ ਨਹੀਂ। ਤੁਹਾਨੂੰ ਬਾਣੀ ਬਹੁਤ ਯਾਦ ਹੈ, ਕੀ ਤੁਸੀਂ ਯਾਦਾਸ਼ਤ ਤੇਜ਼ ਕਰਨ ਲਈ ਕੋਈ ਟੋਨਿਕ ਵਰਤਦੇ ਹੋ? ਜੇ ਉਹ ਵਰਤਦੇ ਹੋ ਤਾਂ ਮੈਨੂੰ ਵੀ ਦੱਸ ਦਿਓ। ਹੁਣ ਮੈਂ ਤਾਂ ਕੋਈ ਟੋਨਿਕ ਵਰਤਦਾ ਨਹੀਂ ਸੀ, ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਦੋਵੇਂ ਹੱਥ ਜੋੜ ਕੇ ਸੀਸ ਨਿਵਾਇਆ, ਪਾਤਸ਼ਾਹ ਕਿਰਪਾ ਕਰੋ, ਮੇਰਾ ਸਤਿਗੁਰੂ ਬੜਾ ਕਿਰਪਾਲੂ ਹੈ। ਉਸੇ ਵੇਲੇ ਉੱਤਰ ਆ ਗਏ। ਮੈਂ ਕਿਹਾ ਬੇਟਾ ਮੈਂ ਵੀ ਤੈਨੂੰ ਕੋਈ ਗੱਲ ਪੁੱਛ ਸਕਦਾ? ਕਹਿੰਦੇ ਪੁੱਛੋ ਜੀ। ਮੈਂ ਕਿਹਾ ਇਹ ਦੱਸ, ਜੇ ਤੂੰ ਕਿਸੇ ਕੋਲੋਂ ਕੁਝ ਰਕਮ ਲੈਣੀ ਹੋਵੇ, ਪੈਸੇ ਲੈਣੇ ਹੋਣ, ਤੈਨੂੰ ਭੁੱਲ ਜਾਂਦੇ ਨਾ? ਕਹਿੰਦਾ ਜੀ ਕਦੇ ਨਹੀਂ ਭੁੱਲਦੇ। ਮੈਂ ਕਿਹਾ ਜੇ ਤੈਨੂੰ ਗੁੱਸੇ ਵਿੱਚ ਆ ਕੇ ਕੋਈ ਫਿੱਕੇ ਬਚਨ ਕਹਿ ਦੇ, ਤੈਨੂੰ ਭੁੱਲ ਜਾਂਦੇ ਨੇ? ਕਹਿੰਦੇ ਨਾ ਜੀ, ਉਹ ਤਾਂ ਸਾਰੀ ਉਮਰ ਯਾਦ ਰੱਖੀ ਤੈਨੂੰ। ਮੈਂ ਕਿਹਾ ਬਸ ਯਾਦਾਸ਼ਤ ਤਾਂ ਠੀਕ ਹੈ, ਤੈਨੂੰ ਪੈਸੇ ਵੀ ਨਹੀਂ ਭੁੱਲਦੇ, ਤੈਨੂੰ ਕਿਸੇ ਦੇ ਕਹੇ ਹੋਏ ਫਿੱਕੇ ਬਚਨ ਵੀ ਨਹੀਂ ਭੁੱਲਦੇ, ਯਾਦਾਸ਼ਤ ਤਾਂ ਠੀਕ ਹੈ, ਯਾਦਾਸ਼ਤ ਦਾ ਕੰਮ ਹੈ ਯਾਦ ਰੱਖਣਾ। ਹੁਣ ਗੁਰੂ ਜੀ ਕੋਲੋਂ ਇਹ ਸਿੱਖਣਾ ਕਿ ਕੀ ਯਾਦ ਰੱਖਣਾ ਅਤੇ ਕੀ ਨਹੀਂ ਰੱਖਣਾ। ਤੋ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਵਿਰਲੇ ਬੰਦੇ ਹਨ ਜਿਹੜੇ ਨਾਮ ਸੁਣ ਕੇ ਮਨ ਵਿੱਚ ਵਸਾਉਂਦੇ, ਬਹੁਤੇ ਤਾਂ ਸੁਣੀ ਜਾਂਦੇ। ਹਉ ਵਾਰੀ ਜੀਉ ਵਾਰੀ, ਨਾਮ ਸੁਣ ਮਨ ਵਸਾਵਣੇ। ਹਰ ਜੀਉ ਸੱਚਾ ਉੱਚੋ ਉੱਚਾ, ਹਉ ਮੈਂ ਮਾਰ ਮਿਲਾਵਣੇ। ਅਤੇ ਕਈਆਂ ਨੂੰ ਸੁਣਨ ਦੀ ਵੀ ਹਉਮੈ ਹੋ ਜਾਂਦੀ। ਕਈ ਬੜੇ ਮਾਣ ਨਾਲ ਕਹਿਣਗੇ ਜੀ ਮੈਂ ਸਵੇਰੇ ਇੰਨੇ ਵਜੇ ਉੱਠਿਆ, ਮੈਂ ਬੰਗਲਾ ਸਾਹਿਬ ਦਾ ਵੀ ਪ੍ਰੋਗਰਾਮ ਸੁਣਿਆ, ਮੈਂ ਮੰਜੀ ਸਾਹਿਬ ਤੋਂ ਵੀ ਕਥਾ ਸੁਣੀ, ਮੈਂ ਮਸਕੀਨ ਜੀ ਦੀ ਕਥਾ ਵੀ ਸੁਣੀ, ਮੈਂ ਪਿੰਦਰਪਾਲ ਦੀ ਵੀ ਕਥਾ ਸੁਣੀ, ਇਉਂ ਕਈ ਜਾਣੂ। ਅਤੇ ਜੇ ਪੁੱਛ ਲਓ ਵੀ ਜੋ ਕੁਝ ਸੁਣਿਆ ਉਹ ਤੁਹਾਨੂੰ ਯਾਦ ਹੈ? ਫਿਰ ਕਹਿਣਗੇ ਨਹੀਂ ਜੀ। ਇਹਦਾ ਮਤਲਬ ਸੁਣੀ ਜਾ ਰਹੇ। ਪਰ ਗੁਰੂ ਅਮਰਦਾਸ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਹਉ ਵਾਰੀ ਜਿਉ ਵਾਰੀ, ਨਾਮ ਸੁਣ ਮਨ ਵਸਾਵਣੇ। ਹਰ ਜਿਉ ਸੱਚਾ ਉੱਚੋ ਉੱਚਾ, ਹਉ ਮੈਂ ਮਾਰ ਮਿਲਾਵਣੇ। ਆ ਕਈ ਵਾਰੀ ਬਹੁਤਾ ਸੁਣਨ ਦੀ ਵੀ ਹਉਮੈ ਹੋ ਜਾਂਦੀ, ਕਈ ਵਾਰੀ ਬਹੁਤਾ ਸੁਣਾਉਣ ਦੀ ਵੀ ਹਉਮੈ ਹੋ ਜਾਂਦੀ। ਪਰ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਤੇ ਉੱਚੇ ਤੋਂ ਉੱਚਾ, ਹਉਮੈ ਨੂੰ ਖਤਮ ਕਰੋ, ਫਿਰ ਉਹਦੇ ਨਾਲ ਮੇਲ ਹੋ ਜਾਂਦਾ। ਤੇਰੇ ਭਗਤ ਸੋ ਹੈ ਸੱਚ ਹੈ ਦਰਬਾਰੇ। ਹੇ ਵਾਹਿਗੁਰੂ ਜੀ, ਤੁਹਾਡੇ ਜੋ ਭਗਤ ਹਨ, ਸੋ ਹੈ ਸੋਭਦੇ ਹਨ, ਸੋਭਾ ਪਾਉਂਦੇ ਹਨ ਤੁਹਾਡੇ ਸੱਚੇ ਦਰਬਾਰ ਵਿੱਚ। ਕਿਹੜੇ ਭਗਤ? ਗੁਰ ਕੈ ਸ਼ਬਦ ਨਾਮ ਸਵਾਰੇ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਨਾਮ ਦੁਆਰਾ ਆਪਣੇ ਆਪ ਨੂੰ ਸਵਾਰ ਲਿਆ, ਆਪਣੀਆਂ ਆਦਤਾਂ ਬਦਲ ਰਹੀਆਂ ਨੇ। ਅਤੇ ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣੇ ਆ। ਉਹ ਫਿਰ ਸਦਾ ਆਨੰਦ ਵਿੱਚ ਰਹਿੰਦੇ, ਉਹਨਾਂ ਵਾਸਤੇ ਦਿਨ ਰਾਤ ਦਾ ਕੋਈ ਫਰਕ ਨਹੀਂ।
ਹਰ ਵੇਲੇ ਆਨੰਦ ਵਿੱਚ ਰਹਿੰਦੇ ਨੂੰ। ਅਤੇ ਗੁਣ ਕਹਿ ਗੁਣੀ ਸਮਾਵਣੇ ਆ, ਅੱਠੇ ਪੈਰ ਉਸ ਪਰਮਾਤਮਾ ਦੇ ਗੁਣ ਕਹਿ ਕਹਿ ਕੇ ਉਹ ਗੁਣਾਂ ਦੇ ਮਾਲਕ ਵਾਹਿਗੁਰੂ ਨਾਲ ਇਕਮਿਕ ਹੋ ਜਾਂਦੇ। ਹਉ ਵਾਰੀ ਜਿਉ ਵਾਰੀ ਨਾਮ ਸੁਣ ਮਨ ਵਸਾਵਣੇ ਆ, ਹਰ ਜਿਉ ਸੱਚਾ ਉੱਚੋ ਉੱਚਾ ਹਉ ਮੈਂ ਮਾਰ ਮਿਲਾਵਣੇ ਆ ਰਹਾਓ, ਹਰ ਜਿਉ ਸਾਚਾ ਸਾਚੀ ਨਾਈ। ਵਾਹਿਗੁਰੂ ਜੀ ਸੱਚੇ ਹਨ, ਉਹਨਾਂ ਦੀ ਨਾਈ ਵਡਿਆਈ ਵੀ ਸੱਚੀ ਹੈ, ਪਰ ਗੁਰਪ੍ਰਸਾਦੀ ਕਿਸੇ ਮਿਲਾਈ, ਕਿਸੇ ਵਿਰਲੇ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ ਜਿਹੜਾ ਉਹਦੇ ਨਾਲ ਮਿਲਦਾ ਹੈ। ਗੁਰ ਸ਼ਬਦ ਮਿਲੈ ਸੇ ਵਿਛੁੜੈ ਨਾਹੀ ਸਹਿਜੇ ਸੱਚ ਸਮਾਵਣੇ ਆ। ਦੇਖੋ ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਜਿਹੜੇ ਗੁਰੂ ਦੇ ਸ਼ਬਦ ਦੁਆਰਾ ਗੁਰੂ ਦੇ ਦੱਸੇ ਰਾਹ 'ਤੇ ਚੱਲ ਕੇ ਮਿਲਦੇ ਹਨ ਸੇ ਵਿਛੁੜੈ ਨਾਹੀ, ਉਹ ਫਿਰ ਕਦੇ ਪਰਮਾਤਮਾ ਤੋਂ ਵਿਛੁੜਦੇ ਨਹੀਂ। ਸਹਿਜੇ ਸੱਚ ਸਮਾਵਣੇ ਆ, ਉਹ ਸਹਿਜੇ ਹੀ ਸੱਚ ਵਿੱਚ ਸਮਾ ਜਾਂਦੇ ਅਤੇ ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ, ਤੁਝ 'ਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖੇ ਜਾਣੇ ਸੋਏ। ਹੇ ਵਾਹਿਗੁਰੂ, ਤੇਰੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ, ਤੂੰ ਆਪ ਹੀ ਕਰ ਕਰਕੇ ਵੇਖਦਾ ਹੈ ਅਤੇ ਆਪ ਹੀ ਸਭ ਦੇ ਅੰਦਰ ਦੀ ਗੱਲ ਜਾਣਦਾ। ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਵਣਿਆ, ਉਹ ਵਾਹਿਗੁਰੂ ਆਪ ਹੀ ਕਰਦਾ ਹੈ, ਆਪ ਹੀ ਜੀਵਾਂ ਤੋਂ ਕਰਾਉਂਦਾ ਅਤੇ ਜਿਨ੍ਹਾਂ 'ਤੇ ਉਹਦੀ ਬਖਸ਼ਿਸ਼ ਹੁੰਦੀ ਹੈ ਉਹ ਗੁਰੂ ਦੀ ਮਤ ਦੁਆਰਾ ਉਹਨਾਂ ਨੂੰ ਆਪਣੇ ਨਾਲ ਮਿਲ ਲੈਂਦਾ। ਕਾਮਣ ਗੁਣਵੰਤੀ ਹਰ ਪਾਏ, ਹੁਣ ਇੱਥੇ ਕਾਮਣ ਦੇ ਅਰਥ ਨੇ ਇਸਤਰੀ, ਕਿਹੜੀ ਇਸਤਰੀ, ਜਿਹੜੀ ਗੁਣਵੰਤੀ ਹੈ। ਦੇਖੋ ਬਾਣੀ ਵਿੱਚ ਸੁਚੱਜੀ ਕੁਚੱਜੀ ਗੁਣਵੰਤੀ ਸਾਰਾ ਕੁਝ ਦੱਸਿਆ। ਦਾਸ ਨੇ ਜਦੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਇਹ ਸਾਰੇ ਜਿਤਨੇ ਸਿਰਲੇਖ ਵਰਤ ਕੇ ਮਹਾਰਾਜ ਨੇ ਬਾਣੀ ਰਚੀ ਦੀ ਵਿਚਾਰ ਕੀਤੀ, ਬੇਅੰਤ ਬੀਬੀਆਂ ਨੂੰ ਪ੍ਰੇਰਨਾ ਮਿਲੀ, ਬਈ ਅਸੀਂ ਸਾਰੇ ਇਸਤਰੀ ਰੂਪ ਹੀ ਹਾਂ, ਸਾਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ। ਕਾਮਣ ਗੁਣਵੰਤੀ ਹਰ ਪਾਏ, ਕਾਮਣ ਦਾ ਮਤਲਬ ਹੈ ਇਸਤਰੀ। ਜਾਣਕਾਰੀ ਲਈ ਦੱਸ ਦੇਵਾਂ, ਜਿਸ ਕਾਮਣ ਦੇ ਨਾਣੇ ਨੂੰ ਸਿਆਰੀ ਹੈ ਇਸਤਰੀ, ਪਰ ਜਿਸ ਕਾਮਣ ਦੇ ਨਾਣੇ ਨੂੰ ਔਂਕੜ ਹੋਏਗਾ ਉਹਦਾ ਅਰਥ ਹੈ ਟੂਣਾ, ਅਤੇ ਜਿਹੜਾ ਕਾਮਣ ਨਾਣਾ ਮੁਕਤਾ ਹੋਵੇਗਾ, ਪਲੂਰਲ ਬਹੁ ਬਚਨ ਬਹੁਤੇ ਟੂਣਿਆਂ ਦੀ ਗੱਲ, ਉਹ ਜਿੱਥੇ ਪ੍ਰਕਰਨ ਆਵੇਗਾ ਫਿਰ ਚੰਗੀ ਤਰ੍ਹਾਂ ਸਮਝਾਵਾਂਗੇ। ਇੱਥੇ ਜੋ ਗੁਣਵੰਤੀ ਇਸਤਰੀ ਹੈ ਉਹ ਉਸ ਹਰੀ ਨੂੰ ਪਤੀ ਨੂੰ ਪਾ ਲੈਂਦੀ ਹੈ ਅਤੇ ਪੈ ਪਾਏ ਸ਼ਿੰਗਾਰ ਬਣਾਏ, ਸ਼ਿੰਗਾਰ ਤਾਂ ਕਰਦੀ ਹੈ ਪਰ ਪ੍ਰਭੂ ਪਤੀ ਦੇ ਪੈ ਵਿੱਚ ਅਤੇ ਪ੍ਰੇਮ ਵਿੱਚ। ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾਵਣੇ ਆ, ਉਹ ਸਤਿਗੁਰੂ ਦੀ ਸੇਵਾ ਕਰਕੇ ਸਦਾ ਸੁਹਾਗਣ ਰਹਿੰਦੀ, ਭਾਵ ਉਸ ਸਦਾ ਰਹਿਣ ਵਾਲੇ ਪਰਮਾਤਮਾ ਨਾਲ ਜੁੜੀ ਰਹਿੰਦੀ। ਅਤੇ ਸੱਚ ਉਪਦੇਸ਼ ਗੁਰੂ ਦੇ ਸੱਚੇ ਉਪਦੇਸ਼ ਦੁਆਰਾ ਸਮਾਵਣਿਆ ਉਹਦੇ ਨਾਲ ਇਕਮਿਕ ਹੋਈ ਰਹਿੰਦੀ। ਸ਼ਬਦ ਵਿਸਾਰਨ ਤਿੰਨਾ ਠੌਰ ਨਾ ਠਾਉ, ਕਿਉਂਕਿ ਇਹ ਵੀ ਗੁਰਬਾਣੀ ਦਾ ਵਿਲੱਖਣ ਕਮਾਲ ਹੈ। ਤਸਵੀਰ ਦਾ ਇੱਕ ਪੱਖ ਹੈ ਕਿ ਜਿਹੜੇ ਪਰਮੇਸ਼ਵਰ ਨਾਲ ਗੁਰੂ ਨਾਲ ਜੁੜੇ ਰਹਿੰਦੇ, ਦੂਜਾ ਪੱਖ ਹੈ ਕਿ ਜਿਹੜੇ ਗੁਰੂ ਨਾਲੋਂ ਟੁੱਟੇ ਰਹਿੰਦੇ। ਸ਼ਬਦ ਵਿਸਾਰਨ ਤਿੰਨਾ ਠੌਰ ਨਾ ਠਾਉ, ਉਹਨਾਂ ਨੂੰ ਕੋਈ ਟਿਕਾਣਾ ਨਹੀਂ। ਜਿਹੜੇ ਗੁਰੂ ਦੇ ਸ਼ਬਦ ਨੂੰ ਭੁਲਾ ਦਿੰਦੇ ਨੇ ਉਹ ਭਟਕਣ ਤੋਂ ਬਿਨਾਂ ਕੁਝ ਨਹੀਂ ਪੱਲੇ ਪੈਂਦਾ। ਭ੍ਰਮ ਭੁੱਲੇ ਜੋ ਸੁਣਿਆ ਘਰ ਕਾਉ, ਭ੍ਰਮ ਦੇ ਮੰਮੇ ਨੂੰ ਸਿਆਰੀ ਹੈ, ਉਹ ਭਰਮ ਵਿੱਚ ਭੁੱਲ ਗਏ, ਉਹ ਸਿਰਫ ਮਾਇਆ ਨੂੰ ਹੀ ਸਭ ਕੁਝ ਸਮਝ ਬੈਠੇ ਨੇ, ਔਰ ਉਹਨਾਂ ਦਾ ਸੰਸਾਰ 'ਤੇ ਆਉਣਾ ਇਉਂ ਸਮਝੋ ਜਿਉਂ ਸੁਣਿਆ ਘਰ ਕਾਉ। ਸੁਣਿਆ ਦਾ ਮਤਲਬ ਜਿਸ ਘਰ ਵਿੱਚ ਕੋਈ ਰਹਿੰਦਾ ਨਾ ਹੋਵੇ, ਉੱਥੇ ਜੇ ਕਾਂ ਆਵੇ ਵੀ ਤਾਂ ਉਹਨੂੰ ਕੀ ਮਿਲੇਗਾ, ਵਿਚਾਰਾ ਖਾਲੀ ਕਾਂ ਕਾਂ ਕਰਕੇ ਚਲਾ ਜਾਏਗਾ। ਇਸੇ ਤਰ੍ਹਾਂ ਉਹ ਜੀਵ ਸੰਸਾਰ ਵਿੱਚ ਆਉਂਦੇ ਹਨ ਪਰ ਇੱਥੋਂ ਲੈ ਕੇ ਕੁਝ ਨਹੀਂ ਜਾਂਦੇ।
ਹਲਤ ਪਲਤ ਤਿੰਨੀ ਦੋਵੇਂ ਗਵਾਏ, ਦੁੱਖੇ ਦੁੱਖ ਵਿਆਹਣਿਆ। ਉਹ ਇਹ ਲੋਕ ਵੀ ਗਵਾ ਲੈਂਦੇ ਨੇ, ਪਰਲੋਕ ਵੀ ਗਵਾ ਲੈਂਦੇ, ਔਰ ਸਾਰਾ ਜੀਵਨ ਦੁੱਖ ਵਿੱਚ ਹੀ ਬਤੀਤ ਕਰਕੇ ਤੁਰ ਜਾਂਦੇ। ਲਿਖਦਿਆਂ ਕਾਗਜ਼ ਮਸਕ ਹੋਈ। ਕਈ ਲੋਕ ਮਾਇਆ ਦੇ ਲੇਖੇ ਲਿਖਣ ਵਿੱਚ ਹੀ ਲੱਗੇ ਰਹਿੰਦੇ, ਉਹਨਾਂ ਨੂੰ ਵਿਹਲ ਹੀ ਨਹੀਂ ਮਿਲਦੀ। ਇੰਨੇ ਆ ਗਏ, ਇੰਨੇ ਚਲੇ ਗਏ, ਇੰਨੇ ਕਮਾ ਲਏ, ਇੰਨੇ ਘੱਟ ਗਏ, ਇੰਨੇ ਵੱਧ ਗਏ। ਲਿਖਦਿਆਂ ਕਾਗਜ਼ ਮਸਕ ਹੋਈ। ਕਾਗਜ਼ 'ਤੇ ਤੁਸੀਂ ਸਾਰੇ ਸਮਝਦੇ ਹੋ, ਮਸਕ ਕਹਿੰਦੇ ਨੇ ਸਿਆਹੀ ਨੂੰ, ਖੋਈ ਦਾ ਮਤਲਬ ਗਵਾ ਲਈ। ਜਿਸ ਲੇਖੇ ਵਿੱਚੋਂ ਕੁਝ ਪ੍ਰਾਪਤ ਨਹੀਂ ਹੋਣਾ, ਉਹ ਤਾਂ ਫਿਰ ਗਵਾਉਣਾ ਹੀ ਹੈ ਨਾ। ਦੂਜੇ ਪਾਏ ਸੁੱਖ ਪਾਏ ਨਾ ਕੋਈ। ਭਾਈ, ਉਸ ਪਰਮਾਤਮਾ ਨੂੰ ਭੁੱਲ ਕੇ ਮਾਇਆ ਦੇ ਲੇਖੇ ਲਿਖਣ ਦੇ ਨਾਲ ਕਦੇ ਕਿਸੇ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਈ। ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵੈ ਕੂੜ ਚਿਤ ਲਾਵਣਿਆ। ਬਸ ਉਹ ਮਾਇਆ ਦੇ ਕੂੜੇ ਲੇਖੇ ਲਿਖਦੇ ਨੇ, ਕੂੜ ਹੀ ਕਮਾਉਂਦੇ ਨੇ, ਅਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਲ ਜਾਵੇ, ਆਪਣਾ ਆਪ ਤ੍ਰਿਸ਼ਨਾ ਦੀ ਅੱਗ ਵਿੱਚ ਸਾੜ ਲੈਂਦੇ, ਅਤੇ ਕੂੜ ਚਿੱਤ ਲਾਵਣੇ। ਉਹਨਾਂ ਦਾ ਚਿੱਤ ਹਮੇਸ਼ਾ ਕੂੜ ਵਿੱਚ ਹੀ ਲੱਗਾ ਰਹਿੰਦਾ। ਦੇਖੋ, ਇੱਕ ਕੂੜ ਦੇ ਰਾੜੇ ਨੂੰ ਔਂਕੜ ਹੈ, ਇੱਕ ਕੂੜ ਦੇ ਰਾੜੇ ਨੂੰ ਸਿਆਰੀ ਹੈ। ਇਹ ਧਿਆਨ ਨਾਲ ਵਿਚਾਰਨ ਦੀ ਲੋੜ ਹੈ। ਕੂੜ ਦੇ ਰਾੜੇ ਨੂੰ ਸਿਆਰੀ ਦਾ ਕੂੜ ਵਿੱਚ ਜਿਹਨਾਂ ਨੇ ਚਿੱਤ ਲਾਇਆ। ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵੈਂ ਕੂੜ ਚਿਤ ਲਾਵਣਿਆ। ਇੱਕ ਪੱਖ ਸਮਝਾ ਦਿੱਤਾ, ਹੁਣ ਦੂਜੇ ਪੱਖ ਦੀ ਗੱਲ ਕਰਦੇ ਨੇ। ਗੁਰਮੁਖ ਸੱਚੋ ਸੱਚ ਲਿਖੈ ਵਿਚਾਰ। ਜਿਹੜੇ ਗੁਰਮੁਖ ਹਨ, ਜਿਹੜੇ ਗੁਰੂ ਦੇ ਕਹੇ ਅਨੁਸਾਰ ਚੱਲਦੇ ਨੇ, ਲਿਖਦੇ ਉਹ ਵੀ ਨੇ, ਜੀਵਨ ਵਿੱਚ ਕੰਮ ਕਾਰ ਉਹ ਵੀ ਕਰਦੇ ਨੇ, ਪਰ ਸੱਚੋ ਸੱਚ ਲਿਖੈ ਵਿਚਾਰ, ਉਹ ਤਾਂ ਸੱਚ ਦੀ ਵਿਚਾਰ ਲਿਖਦੇ ਨੇ, ਸੱਚ ਦੀਆਂ ਗੱਲਾਂ ਕਰਦੇ ਨੇ। ਮੈਨੂੰ ਯਾਦ ਹੈ, ਮੇਰੇ ਇੱਕ ਰਿਸ਼ਤੇਦਾਰੀ ਵਿੱਚ ਨਾਨਾ ਜੀ ਸਹੁਰੇ ਪਰਿਵਾਰ ਵਿੱਚੋਂ ਸਾਹਿਬ ਭਗਤ ਸਿੰਘ ਜੀ ਥਾਪਰ ਬਨਾਰਸ ਰਹਿੰਦੇ ਸਨ, ਅਤੇ ਉਹਨਾਂ ਨੇ ਹੋਰ ਚਿੱਠੀ ਕਦੇ ਨਹੀਂ ਲਿਖਣੀ ਆਪਣੀਆਂ ਧੀਆਂ ਨੂੰ, ਦੋਤਰੀਆਂ ਨੂੰ, ਪੋਤਰੀਆਂ ਨੂੰ। ਉਹ ਗੁਰੂ ਦੇ ਸ਼ਬਦ ਲਿਖ ਕੇ ਭੇਜਿਆ ਕਰਦੇ ਸਨ, ਔਰ ਸ਼ਬਦ ਲਿਖਣ ਦਾ ਵੀ ਤਰੀਕਾ ਉਹਨਾਂ ਦਾ ਬੜਾ ਕਮਾਲ ਸੀ। ਗੁਰਬਾਣੀ ਦੇ ਅੱਖਰ ਜੋੜ ਜੋੜ ਕੇ ਕਿਸੇ ਕੈਲੰਡਰ ਵਿੱਚੋਂ, ਕਿਸੇ ਲਿਖਤ ਵਿੱਚੋਂ ਉਹ ਅੱਖਰ ਲੈ ਲੈਣੇ, ਅਤੇ ਉਹਨਾਂ ਨੂੰ ਜੋੜ ਜੋੜ ਕੇ ਸ਼ਬਦ ਲਿਖਣ। ਕਿੰਨੀ ਮਿਹਨਤ ਸੀ! ਫਿਰ ਜਿਹੜਾ ਉਹ ਸ਼ਬਦ ਪੜ੍ਹਦਾ ਸੀ, ਜਿਹੜਾ ਉਹ ਸ਼ਬਦ ਵਿਚਾਰਦਾ ਸੀ, ਉਹ ਧੰਨ ਧੰਨ ਹੋ ਜਾਂਦਾ ਸੀ। ਤੋ ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇ ਜਨ ਸੱਚੇ ਪਾਵੇਂ ਮੋਖ ਦੁਆਰ। ਉਹ ਗੁਰਮੁਖ, ਸੇ ਜਨ, ਉਹ ਵਾਹਿਗੁਰੂ ਦੇ ਦਾਸ ਸੱਚੇ ਹਨ, ਔਰ ਪਾਵੇਂ ਮੋਖ ਦੁਆਰ, ਉਹ ਆਪਣੇ ਜੀਵਨ ਵਿੱਚ ਹੀ ਇਸ ਮਾਇਆ ਤੋਂ, ਵਿਕਾਰਾਂ ਤੋਂ ਮੁਕਤ ਹੋਣ ਦਾ ਦਰਵਾਜ਼ਾ ਲੱਭ ਲੈਂਦੇ ਨੇ। ਅਤੇ ਗੁਰਦੇਵ ਕਹਿੰਦੇ ਨੇ, ਸੱਚ ਕਾਗਜ਼ ਕਲਮ ਸੁਹਾਣੀ, ਸੱਚ ਲਿਖ ਸੱਚ ਸਮਾਵਣੇ ਹਾਂ। ਉਹਨਾਂ ਦਾ ਕਾਗਜ਼ ਵੀ ਸੱਚਾ, ਉਹਨਾਂ ਦੀ ਕਲਮ ਵੀ ਸੱਚੀ, ਉਹਨਾਂ ਦੀ ਦੁਆਤ ਵੀ ਸੱਚੀ। ਜਿਹੜੇ ਸੱਚ ਲਿਖ, ਲਿਖ ਦੇ ਖੱਕੇ ਨੂੰ ਸਿਆਰੀ, ਸੱਚ ਨੂੰ ਲਿਖ ਕੇ ਪਹਿਲਾਂ ਸੱਚ ਪੜ੍ਹਿਆ, ਫਿਰ ਸੱਚ ਲਿਖਿਆ, ਫਿਰ ਸੱਚ ਲਿਖ ਕੇ ਭੇਜਿਆ, ਅਤੇ ਸੱਚ ਸਮਾਵਣੇ ਹਾਂ, ਉਹ ਫਿਰ ਸੱਚ ਵਿੱਚ ਹੀ ਸਮਾ ਜਾਂਦਾ। ਭਾਵ ਉਹਨਾਂ ਦਾ ਧਿਆਨ ਹੋਰ ਕਿਸੇ ਪਾਸੇ ਜਾਂਦਾ ਨਹੀਂ। ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇ ਜਨ ਸੱਚੇ ਪਾਵੈ ਮੋਖ ਦੁਆਰ। ਸੱਚ ਕਾਗਜ਼ ਕਲਮ ਸਵਾਣੀ, ਸੱਚ ਲਿਖ ਸੱਚ ਸਮਾਵਣਿਆ। ਫਿਰ ਪਾਤਸ਼ਾਹ ਨਿਰਣਾ ਕਰਦੇ, ਮੇਰਾ ਪ੍ਰਭ ਅੰਤਰ ਬੈਠਾ ਵੇਖੈ। ਉਹ ਭਾਈ, ਮੇਰਾ ਵਾਹਿਗੁਰੂ ਸਭ ਦੇ ਅੰਦਰ ਬੈਠਾ ਵੇਖ ਰਿਹਾ, ਅਸੀਂ ਕੀ ਲਿਖ ਰਹੇ ਹਾਂ, ਅਸੀਂ ਕੀ ਕਰ ਰਹੇ।
मेरा प्रभ अंतर बैठा वेख है, गुर प्रसादी मिले सोई जन लेख है। जेड़ा गुरु की कृपा दे नाल उस सच्चे नूं मिल जांदा है, सोई जन लेख है, उदा आउणा लेखे विच है, उदा लिखिया लेखे विच है, उदा कीता प्रवान है। नानक नाम मिले वडियाई, पूरे गुर ते पावणे आ। नानक जी फरमांदे ने नाम मिले वडियाई, उहनां नूं नाम दी वडियाई मिलदी है, ਉਹ ਨਾਮ ਜਪਣ ਕਰਕੇ ਜੈ ਜੈਕਾਰ ਦੇ ਮਾਲਕ ਬਣਦਾ। ਪਰ ਇਹ ਮਿਲਦਾ ਕਿੱਥੋਂ ਹੈ? ਪੂਰੇ ਗੁਰ ਤੇ ਪਾਵਣੇ ਆ। ਯਾਦ ਰੱਖੋ, ਜੋ ਕੁਝ ਮੈਂ ਅਤੇ ਤੁਸੀਂ ਕਰ ਰਹੇ ਹਾਂ ਉਹ ਮੇਰਾ ਵਾਹਿਗੁਰੂ ਅੰਦਰ ਬੈਠਾ ਵੇਖ ਰਿਹਾ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।